ਤੁਹਾਡੇ ਤੇ ਦੰਗੇ ਨਹੀਂ ਹੋਏ। ਉਹ ਜਾਣਦੇ ਆ ਇਹ ਉੱਠਣਗੇ, ਇਹਨਾਂ ਨੇ ਫਿਰ ਜੇ ਇਹਨਾਂ ਦੇ ਦੰਗੇ ਕੀਤੇ ਫਿਰ ਉੱਠ ਜਾਣਗੇ। ਇਹਨਾਂ ਨੂੰ ਡਰਾਓ, ਘਰਾਂ 'ਚ ਵੜੋ। ਅੱਜ ਪੰਜਾਬ ਦਾ ਇੱਕ ਇੱਕ ਬੱਚਾ ਘਰਾਂ 'ਚ ਵੜ ਕੇ ਬੈਠਿਆ, ਇਹ ਸਾਡਾ ਫਰਜ਼ ਬਣਦਾ। ਅਸੀਂ ਉਹਨਾਂ ਨੂੰ ਸਮਝਾਉਣਾ ਹੈ ਕਿ ਘਰਾਂ 'ਚੋਂ ਬਾਹਰ ਨਿਕਲੋ, ਜੇ ਨਾ ਨਿਕਲੇ ਇਹ ਤੁਹਾਡੇ ਘਰਾਂ ਦੇ ਵਿੱਚ ਵੜ ਜਾਣਗੇ। ਤੁਸੀਂ ਕਹਿੰਦੇ ਸੀ ਨਾ ਜ਼ਮੀਨਾਂ ਬਚਾ ਕੇ ਆਏ ਹੋ, ਇਹ ਤੁਹਾਡੀਆਂ ਜ਼ਮੀਨਾਂ ਡੰਡੇ ਦੇ ਜ਼ੋਰ ਤੇ ਖੋਣਗੇ ਜੇ ਤੁਸੀਂ ਘਰਾਂ 'ਚ ਵੜ ਗਏ। ਇਤਿਹਾਸ ਆਪਣੇ ਆਪ ਨੂੰ ਦੁਹਰਾਉਂਦਾ। ਜਦੋਂ ਕੌਮ ਦੀਆਂ ਮੰਜੀਆਂ ਦੇ ਮੱਸੇ ਰੰਗੜ ਵਰਗੇ ਬਹਿ ਗਏ ਸੀ, ਬਿਕਾਨੇਰ ਦੇ ਜੰਗਲਾਂ ਦੇ ਵਿੱਚੋਂ, ਰੇਗਿਸਤਾਨਾਂ ਦੇ ਵਿੱਚੋਂ ਸੁੱਕਾ ਸਿੰਘ ਤੇ ਮਹਿਤਾਬ ਸਿੰਘ ਉੱਠੇ ਸੀ ਤੇ ਉਹਦਾ ਸਿਰ ਵੱਢ ਕੇ ਲੈ ਗਏ ਸੀ। ਅੱਜ ਜਦੋਂ ਕੌਮ ਦੀਆਂ ਮੰਜੀਆਂ ਤੇ ਇਹ ਮੱਸੇ ਰੰਗੜ ਬਹਿ ਗਏ ਹੈ, ਦੁਬਈ ਦੇ ਰੇਗਿਸਤਾਨਾਂ ਚੋਂ ਇੱਕ ਗੁਰੂ ਕਾ ਸਿੰਘ ਮਹਿਤਾਬ ਸਿੰਘ ਤੇ ਸੁੱਖਾ ਸਿੰਘ ਦਾ ਵਾਰਸ ਉੱਠਿਆ, ਉਹਨੇ ਸਾਰਿਆਂ ਨੂੰ ਹਿਲਾ ਕੇ ਰੱਖਤਾ। ਸਟੇਟ ਤੁਹਾਡੇ ਤੋਂ ਡਰ ਰਹੀ ਹੈ, ਤੁਸੀਂ ਸਟੇਟ ਤੋਂ ਡਰ ਰਹੇ ਹੋ। ਜਿਹੜਾ ਪਿੱਛੇ ਹਟੂਗਾ ਉਹ ਮਰੂਗਾ। ਇੰਡੀਅਨ ਸਟੇਟ, ਉਹਨਾਂ ਨੂੰ ਲੱਗਦਾ ਵੀ ਇਹ ਇਹਨਾਂ ਨੂੰ ਮਾਰ ਲਿਆਂਗੇ, ਪਰ ਉਹਨਾਂ ਨੂੰ ਇਹ ਨਹੀਂ ਪਤਾ ਜੇ ਅਸੀਂ 2 ਕਰੋੜ ਆ, 2 ਕਰੋੜਾਂ ਦੇ ਅੰਦਰ ਬਲਬਲੇ ਕਿਹੜੇ ਨੇ। ਤੁਸੀਂ ਇੱਕ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖ ਸ਼ਹੀਦ ਕਰ ਲਓਗੇ, ਉਹਨਾਂ ਤੋਂ ਪਿੱਛੋਂ ਹਜ਼ਾਰਾਂ ਖੜੇ ਹੋਏ ਆ। ਅਸੀਂ ਇੱਕ ਦੀਪ ਸਿੱਧੂ ਸ਼ਹੀਦ ਕਰ ਲਓਗੇ, ਅੰਮ੍ਰਿਤਪਾਲ ਸਿੰਘ ਖੜਾ ਹੋਇਆ, ਅੰਮ੍ਰਿਤਪਾਲ ਸਿੰਘ ਨੂੰ ਸ਼ਹੀਦ ਕਰ ਲਓਗੇ, ਹੋਰ ਖੜੇ ਹੋ ਜਾਣਗੇ। ਅੱਜ ਅਸੀਂ ਗਦਰੀ ਬਾਬਿਆਂ ਦੀ ਧਰਤੀ ਤੇ ਖੜ ਕੇ ਪੂਰੇ ਪੰਥ ਖਾਲਸੇ ਨਾਲ ਪ੍ਰਣ ਕਰਦੇ ਹਾਂ ਕਿ ਹੁਣ ਇਸ ਧਰਤੀ ਤੋਂ ਇੱਕ ਭਾਈ ਅੰਮ੍ਰਿਤਪਾਲ ਸਿੰਘ ਨਹੀਂ, ਹਜ਼ਾਰਾਂ ਭਾਈ ਅੰਮ੍ਰਿਤਪਾਲ ਸਿੰਘ ਜਾਣਗੇ। ਸਾਡੀ ਸਮੁੱਚੀ ਕੌਮ ਤੇ ਕੁਝ ਵੀ ਕੀਤਾ ਜਾਂਦਾ ਹੈ, ਹਰ ਕਿਸੇ ਸਾਡੇ ਐਕਟ ਨੂੰ ਪਾਕਿਸਤਾਨ ਦੇ ਨਾਲ ਜੋੜ ਦਿੱਤਾ ਜਾਂਦਾ। ਸਾਡਾ ਕੀ ਨਾਤਾ ਪਾਕਿਸਤਾਨ ਨਾਲ? ਉਹ ਪ੍ਰਧਾਨ ਮੰਤਰੀ, ਉਹ ਵਿਚਾਰਾ ਇੰਨਾ ਸਿੱਧਾ ਬੰਦਾ, ਉਹਦੇ ਤੋਂ ਨੈਸ਼ਨਲ ਸਿਕਿਉਰਿਟੀ ਨੂੰ ਖਤਰਾ ਹੋ ਗਿਆ। 315 ਬੋਰ ਦੀਆਂ ਪਿਸਟਲਾਂ, ਰਾਫਲਾਂ ਨੇ ਭਾਈ ਅੰਮ੍ਰਿਤਪਾਲ ਸਿੰਘ ਕੋਲੇ, ਉਹਨਾਂ ਕੋਲੋਂ ਐਟਮ ਬੰਬ ਸਰਕਾਰ ਨੂੰ ਖਤਰਾ ਹੋ ਗਿਆ। ਜਦੋਂ ਅਜਨਾਲਾ ਘਟਨਾ ਹੋਈ ਸੀ, ਉਸਦੇ ਸੰਦਰਭ ਦੇ ਵਿੱਚ ਮੈਂ ਥੋੜ੍ਹਾ ਜਿਹਾ ਕੁਝ ਲਿਖਿਆ ਸੀ, ਉਹ ਤੁਸੀਂ ਸੁਣਿਓ। ਸਿੱਖ ਕੌਮ ਵੱਲੋਂ ਆਪਣੇ ਕਿਸੇ ਵੀ ਹੱਕ ਜਾਂ ਆਜ਼ਾਦੀ ਦੀ ਭਾਵਨਾ ਨੂੰ ਸਟੇਟ ਇਹ ਗੱਲ ਕਹਿ ਕੇ ਖਤਮ ਕਰ ਦਿੰਦੀ ਹੈ ਕਿ ਇਹ ਦੇਸ਼ ਦੀ ਏਕਤਾ ਤੇ ਅਖੰਡਤਾ ਨੂੰ ਖਤਰਾ ਹੈ, ਦੇਸ਼ ਨੂੰ ਤੋੜਨ ਦੀ ਗੱਲ ਹੈ, ਜਾਂ ਫਿਰ ਇਸ ਨੂੰ ਪਾਕਿਸਤਾਨ ਦੀ ਸਾਜਿਸ਼ ਕਹਿ ਕੇ ਨਿੰਦਿਆ ਜਾਂਦਾ ਹੈ। ਇਸ ਨਾਲ ਹਿੰਦੂ ਹਕੂਮਤ ਤੇ ਬਹੁਤ ਕੰਮ ਸਰ ਜਾਂਦੇ ਹਨ, ਉਹ ਇੱਕ ਤੀਰ ਨਾਲ ਕਈ ਨਿਸ਼ਾਨੇ ਖੇਡਣਾ ਚਾਹੁੰਦੇ ਹਨ। ਉਹਨਾਂ ਦੀਆਂ ਇਹ ਚਾਲਾਂ ਬਿਨਾਂ ਕਿਸੇ ਦਲੀਲ ਦੇ ਪ੍ਰਵਾਨ ਹੋ ਜਾਂਦੀਆਂ ਹਨ, ਕਿਉਂਕਿ ਇਹ ਗੱਲ ਵੱਧ ਗਿਣਤੀ ਵਾਲੇ ਲੋਕਾਂ ਦੀਆਂ ਭਾਵਨਾਵਾਂ ਨਾਲ ਮੇਲ ਖਾਂਦੀ ਹੈ। ਇਸ ਦੇ ਪੱਖ ਬਹੁਤ ਹਨ, ਇੱਕ ਬਹੁਤ ਵੱਡਾ ਪੱਖ ਧਾਰਮਿਕ ਹੈ। ਹਿੰਦੁਸਤਾਨ ਦੇ ਰਿਸ਼ਤੇ ਚੀਨ ਨਾਲ ਵੀ ਕੋਈ ਬਹੁਤੇ ਸਿਖਾਵੇਂ ਨਹੀਂ, ਪਰ ਸਿੱਖਾਂ ਦੇ ਮਸਲਿਆਂ ਦੇ ਵਿੱਚ ਕੇਵਲ ਤੇ ਕੇਵਲ ਪਾਕਿਸਤਾਨ ਨੂੰ ਵਰਤਿਆ ਜਾਂਦਾ ਹੈ, ਕਿਉਂਕਿ ਉਹਨਾਂ ਲੋਕਾਂ ਖਿਲਾਫ ਸਦੀਆਂ ਦੀ ਇੱਕ ਧਾਰਮਿਕ ਨਫ਼ਰਤ ਹਿੰਦੁਸਤਾਨ ਦੇ ਬਹੁ ਗਿਣਤੀ ਲੋਕਾਂ ਦੀ ਆਤਮਾ ਦੇ ਅੰਦਰ ਪਈ ਹੈ। ਇਹਨਾਂ ਗੱਲਾਂ ਨੂੰ ਸਾਨੂੰ ਆਪਣੇ ਸਿੱਖ ਭਾਈਚਾਰੇ ਦੀ ਸਮਝ ਤੱਕ ਲਿਜਾਉਣਾ ਚਾਹੀਦਾ ਹੈ। ਜੇਕਰ ਅਸੀਂ ਇਸ ਕਾਰਜ ਵਿੱਚ ਸਫਲ ਹਾਂ ਤਾਂ ਸਾਡੀ ਵੱਡੀ ਜਿੱਤ ਹੈ, ਪਰ ਜੇਕਰ ਅਸੀਂ ਇਸ ਸੱਚਾਈ ਨੂੰ ਬਹੁ ਗਿਣਤੀ ਲੋਕਾਂ ਨੂੰ ਸਮਝਾਉਣ ਦਾ ਯਤਨ ਕਰਾਂਗੇ ਤਾਂ ਇਹ ਸਾਡੀ ਭੁੱਲ ਹੋਵੇਗੀ, ਕਿਉਂਕਿ ਉਹ ਲੋਕ ਹਕੂਮਤ ਰਾਜ ਦੇ ਨਸ਼ੇ ਦੇ ਵਿੱਚ ਅੰਨੇ ਹਨ, ਉਹਨਾਂ ਨੂੰ ਕੁਝ ਨਹੀਂ ਦਿਖਾਈ ਦਿੰਦਾ। ਉਹ ਆਪਣੇ ਮਨਾਂ ਅੰਦਰ ਪਹਿਲਾਂ ਹੀ ਇਹ ਗੱਲ ਮੰਨ ਕੇ ਬੈਠੇ ਹਨ ਕਿ ਸਿੱਖ ਆਤੰਕਵਾਦੀ ਹਨ ਤੇ ਇਹ ਸੱਚ, ਤੇ ਉਹ ਲੋਕ ਸਾਡਾ ਸੱਚ ਨਹੀਂ ਵੇਖਣਾ ਚਾਹੁੰਦੇ। ਬੋਲਦਿਆਂ ਕੋਈ ਗਲਤੀ ਹੋ ਗਈ ਹੋਵੇ, ਗੁਰੂ ਕੀ ਸੰਗਤ ਬਖਸ਼ਣੀ ਹੋ ਗਿਆ, ਆਪ ਜੀ ਬਖਸ਼ ਦੇਣਾ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਨਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਹੀ ਡੰਗਾਈ ਦੇ ਵਿੱਚ ਜਾ ਕੇ ਵੀਰ ਨੇ ਆਪਣੇ ਵਿਚਾਰ ਪ੍ਰਗਟ ਕੀਤੇ।